ਇਹ ਅਦਭੁਤ ਚੀਨੀ ਸਾਈਕਲ ਖਿਡੌਣਾ ਹੈ। ਇਸ ਦੇ ਦੋ ਫੁੱਟਰੈਸਟ ਹਨ ਜਿਸ ਨੂੰ ਦੋ ਚੱਕੇ ਲੱਗੇ ਹੋਏ ਹਨ ਅਤੇ ਅਗਲਾ ਚੱਕਾ ਜੋ ਹੈਂਡਲ ਨਾਲ ਅਤੇ ਇੱਕ ਸਟੀਅਰਿੰਗ ਆਰਮ ਨਾਲ ਜੁੜਿਆ ਹੋਇਆ ਹੈ। ਇਹ ਟ੍ਰਾਈਸਾਈਕਲ ਦਾ ਕੋਈ ਪੈਡਲ ਨਹੀਂ ਹੈ। ਇਸ ਦੇ ਪਿਛਲੇ ਚੱਕੇ 360 ਡਿਗਰੀ ਦੇ ਕੋਣ 'ਤੇ ਫਰੀਲੀ ਘੁੰਮ ਸਕਦੇ ਹਨ। ਦੋਨੋਂ ਫੁੱਟ ਰੈਸਟ ਕੋਲ ਆ ਸਕਦੇ ਹਨ ਅਤੇ ਦੂਰ ਜਾ ਸਕਦੇ ਹਨ। ਇਹ ਸਪਰਿੰਗ ਨਾਲ ਜੁੜੇ ਹੋਏ ਹਨ। ਟ੍ਰਾਈਸਾਈਕਲ ਕਿੱਦਾਂ ਚੱਲਦਾ ਹੈ? ਇੱਕ ਬੱਚਾ ਆਪਣੇ ਪੈਰ ਫੁੱਟਰੈਸਟ 'ਤੇ ਰੱਖਦਾ ਹੈ। ਉਹ ਫੁੱਟਰੈਸਟ ਨੂੰ ਨੇੜੇ ਲਿਆਉਂਦਾ ਹੈ, ਫਿਰ ਫੁੱਟਰੈਸਟ ਨੂੰ ਦੂਰ ਲੈ ਜਾਂਦਾ ਹੈ। ਇਸ ਤਰ੍ਹਾਂ ਪੈਰ ਨੇੜੇ ਅਤੇ ਦੂਰ ਲੈ ਕੇ ਜਾਣ ਨਾਲ ਵੈਕਟਰ ਅਗਲੀ ਦਿਸ਼ਾ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਅਗਲੇ ਵੈਕਟਰ ਨਾਲ ਟ੍ਰਾਈਸਾਈਕਲ ਅੱਗੇ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਬੱਚਾ ਅਨੋਖੀ ਸਾਈਕਲ ਨੂੰ ਚਲਾਉਂਦਾ ਹੋਇਆ ਮਜ਼ੇ ਕਰਦਾ ਹੈ। ਨੌਜਵਾਨ ਵੀ ਇਸ ਨੂੰ ਚਲਾ ਕੇ ਮਜ਼ੇ ਲੈ ਸਕਦੇ ਹਨ।